ਕੈਨੇਡਾ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਸਾਰੀਆਂ ਹੀ ਪਾਰਟੀਆਂ ਵੋਟਾਂ ਵਟੋਰਨ ਲਈ ਚੋਣ ਪ੍ਰਚਾਰ ਤੇ ਵਾਅਦਿਆਂ ਵਿੱਚ ਕੋਈ ਵੀ ਕਸਰ ਨਹੀਂ ਛੱਡ ਰਹੀਆਂ ਉੱਥੇ ਹੀ ਫੈਡਰਲ ਲੀਡਰ ਸਟੀਫਨ ਹਾਰਪਰ ਨੇ ਹੁਣ ਸਰਵਿਸ ਕਲੱਬ ਦੇ ਮੈਂਬਰਾਂ ਲਈ ਟੈਕਸ ਦੀ ਛੋਟ ਦਾ ਵਾਅਦਾ ਕਰ ਦਿੱਤਾ ਹੈ ਸਟੀਫਨ ਦਾ ਕਹਿਣਾ ਹੈ ਕਿ ਜੇਕਰ ਜਨਤਾ ਵੱਲੋਂ ਕਨਜ਼ਰਵੇਟਿਵ ਪਾਰਟੀ ਨੂੰ ਮੁੱਢ ਤੋਂ ਚੁਣਿਆ ਜਾਂਦਾ ਹੈ ਤਾਂ ਸਰਵਿਸ ਕਲੱਬ ਮੈਂਬਰਾਂ ਨੂੰ ਟੈਕਸ ਤੋਂ ਛੋਟ ਦਿੱਤੀ ਜਾਵੇਗੀ ਸਟੀਫਨ ਹਾਰਪਰ ਨੇ ਇਹ ਐਲਾਨ ਈਸਟ 온ਟਾਰੀਓ ਵਿਖੇ ਰੌਕਲੈਂਡ ਟਾਊਨ ਵਿੱਚ ਕੀਤਾ ਹੈ